ਪੰਜਾਬ ਦੇ ਪੂਰਵ ਮੁੱਖ ਮੰਤਰੀ ਸ਼ਹੀਦ ਬੇਅੰਤ ਸਿੰਘ ਦੇ ਕਤਲਕਾਂਡ 'ਚ ਆਈ ਹੈ ਵੱਡੀ ਖਬਰ। ਜਗਤਾਰ ਸਿੰਘ ਤਾਰਾ ਨੂੰ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ, ਯਾਨੀ ਕਿ ਜਦੋਂ ਤੱਕ ਜਗਤਾਰ ਸਿੰਘ ਤਾਰਾ ਜ਼ਿੰਦਾ ਰਹੇਗਾ ਉਹ ਜੇਲ੍ਹ 'ਚ ਹੀ ਰਹੇਗਾ। ਇਹ ਫੈਸਲਾ ਸੁਣਾਇਆ ਹੈ ਅੱਜ ਅਦਾਲਤ ਨੇ। ਜਗਤਾਰ ਸਿੰਘ ਤਾਰਾ ਨੂੰ ਡਿਪੋਰਟ ਕਰਕੇ ਬੈਂਕੋਕ ਤੋਂ ਇੰਡੀਆ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ 'ਚ ਉਹਦੇ ਉੱਤੇ ਇਹ ਕੇਸ ਚੱਲਿਆ। ਤਾਰਾ ਨੇ ਜੱਜ ਸਾਹਿਬ ਦੇ ਸਾਹਮਣੇ ਕਿਹਾ ਕਿ ਉਸਨੇ ਸ਼ਹੀਦ ਊਧਮ ਸਿੰਘ ਤੋਂ ਪ੍ਰੇਰਿਤ ਹੋ ਕੇ ਬੇਅੰਤ ਸਿੰਘ ਦਾ ਕਤਲ ਕੀਤਾ। ਬੇਅੰਤ ਸਿੰਘ ਕਤਲਕਾਂਡ 'ਚ ਫੈਸਲਾ ਸੁਣਾਏ ਜਾਣ ਦੇ ਕਾਰਨ ਅੱਜ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਲਾਈ ਗਈ ਸੀ। ਜਗਤਾਰ ਸਿੰਘ ਤਾਰਾ ਨੇ ਕੋਰਟ ਦੇ ਵਿੱਚ ਫੈਸਲੇ ਦੇ ਦੌਰਾਨ ਕਿਸੇ ਤਰੀਕੇ ਦੇ ਰਹਿਮ ਦੀ ਅਪੀਲ ਨਹੀਂ ਕੀਤੀ। ਕੋਰਟ ਦੇ ਬਾਹਰ ਸਿਮਰਨਜੀਤ ਸਿੰਘ ਮਾਨ ਸਮੇਤ ਕਈ ਲੋਕ ਬੈਠੇ ਹੋਏ ਸਨ। ਆਖਿਰਕਾਰ ਬਾਅਦ ਦੁਪਹਿਰ ਅਦਾਲਤ ਦਾ ਫੈਸਲਾ ਆ ਗਿਆ। ਅਦਾਲਤ ਨੇ ਫੈਸਲੇ ਦੇ ਦੌਰਾਨ ਜਗਤਾਰ ਸਿੰਘ ਤਾਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ ਕੋਰਟ ਦੇ ਬਾਹਰ ਬੈਠੇ ਉਸਦੇ ਸਮਰਥਕ ਉਸਦੀ ਰਿਹਾਈ ਦੀ ਮੰਗ ਕਰ ਰਹੇ ਸਨ, ਪਰ ਅਦਾਲਤ ਨੇ ਬਾਅਦ ਦੁਪਹਿਰ ਜਦ ਫੈਸਲਾ ਸੁਣਾਇਆ ਤੇ ਉਸ ਵਿੱਚ ਫੈਸਲਾ ਆਇਆ ਕਿ ਜਗਤਾਰ ਸਿੰਘ ਤਾਰਾ ਉਮਰ ਕੈਦ ਕੱਟਣਗੇ, ਉਹ ਵੀ ਜਦੋਂ ਤੱਕ ਕਿ ਉਹ ਜ਼ਿੰਦਾ ਰਹਿਣਗੇ। ਜਗਤਾਰ ਸਿੰਘ ਤਾਰਾ ਨੇ ਆਪਣੇ ਵਕੀਲ ਦੇ ਜ਼ਰੀਏ ਕਿਸੇ ਵੀ ਤਰੀਕੇ ਦੀ ਰਹਿਮ ਦੀ ਕੋਈ ਇੱਛਾ ਨਹੀਂ ਜਿਤਾਈ। ਆਓ ਸੁਣਦੇ ਹਾਂ ਉਹਨਾਂ ਦੇ ਵਕੀਲ ਦੀ ਜ਼ੁਬਾਨੀ ਕਿ ਆਖਿਰਕਾਰ ਜਗਤਾਰ ਸਿੰਘ ਤਾਰਾ ਕੀ ਚਾਹੁੰਦਾ ਸੀ। ਅੱਜ ਕੋਰਟ ਨੇ ਜਿਹੜਾ ਇਸ ਕੇਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਡਿਊ ਟੂ ਨੈਚੁਰਲ ਡੈਥ ਦਾ ਆਰਡਰ ਪਾਸ ਕੀਤਾ, ਨਾਲ 35,000 ਰੁਪਏ ਦਾ ਜੁਰਮਾਨਾ ਕੀਤਾ। ਉਹਦੇ ਵਿੱਚ ਰੈਲੇਵੈਂਟ ਸੈਂਕਸ਼ਨ ਹੈਗੇ ਨੇ, ਜਿਹਦੇ ਵਿੱਚ 120(b)(302) ਦੇ ਵਿੱਚ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ, 10,000 ਰੁਪਇਆ ਫਾਈਨ ਅੰਡਰ ਸੈਕਸ਼ਨ 109(302) ਦੇ ਵਿੱਚ, ਫਿਰ ਲਾਈਫ ਇੰਪ੍ਰਿਜ਼ਨਮੈਂਟ 10,000 ਰੁਪਇਆ ਫਾਈਨ ਸੈਕਸ਼ਨ 109(307) ਦੇ ਵਿੱਚ, 10 ਸਾਲ ਜਿਹੜੀ ਹੈ ਇੰਪ੍ਰਿਜ਼ਨਮੈਂਟ ਹੈਗੀ ਹੈ, 5,000 ਫਾਈਨ ਹੈ। ਸੈਕਸ਼ਨ 4(b) ਐਕਸਪਲੋਸਿਵ ਸਬਸਟੈਂਸਿਸ ਐਕਟ ਦੇ ਵਿੱਚ ਜਿਹੜਾ 10 ਸਾਲ ਦੀ ਸਜ਼ਾ ਹੈ, 5,000 ਫਾਈਨ ਹੈਗਾ। ਫਿਰ ਜਿਹੜਾ ਸੈਕਸ਼ਨ 6(4) ਜਿਹੜਾ ਹੈਗਾ ਐਕਸਪਲੋਸਿਵ ਐਕਟ ਦਾ, ਉਹਦੇ ਵਿੱਚ 10 ਸਾਲ ਦੀ ਸਜ਼ਾ, 5,000 ਦਾ ਜਿਹੜਾ ਜੁਰਮਾਨਾ ਕੀਤਾ। ਇਹਦੇ ਵਿੱਚ ਕੋਰਟ ਨੇ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਟਿਲ ਟੂ ਨੈਚੁਰਲ ਡੈਥ ਕੀਤੀ ਹੈ, ਕਿ ਜਦ ਤੱਕ ਇਹ ਨੈਚੁਰਲ ਡੈਥ ਨਹੀਂ ਹੁੰਦੀ ਹੈ ਜੇਲ੍ਹ ਵਿੱਚ ਹੀ ਰਹਿਣਗੇ। ਇਹਦੇ ਵਿੱਚ ਕੋਰਟ ਨੇ ਸਾਰਾ ਮੈਨਸ਼ਨ ਕੀਤਾ ਕਿ ਕਿਹੜੇ ਕਿਹੜੇ ਸਰਕਮਸਟਾਂਸਿਸ ਦੇ ਵਿੱਚ ਇਹਨਾਂ ਨੇ ਸਾਰਾ ਕੁਛ ਕੀਤਾ। ਸੋ ਜਿਹੜੀ ਸਟੇਟ ਮੈਂਟਲ ਸਟੇਟ ਦੇ ਜਿਹੜੇ ਸਰਕਮਸਟਾਂਸਿਸ ਵੇਖ ਕੇ ਜਿਹੜੀ ਹੈ ਉਹਨਾਂ ਨੇ, ਜਿਹੜੇ CBI ਕੌਂਸਲ ਸੀ ਉਹਨਾਂ ਨੇ ਪ੍ਰੈਸ ਕੀਤਾ ਸੀ ਕਿ ਇਹਦੇ ਵਿੱਚ ਜਿਹੜੀ ਹੈ ਡੈਥ ਸੈਂਟੈਂਸ ਦਿੱਤੀ ਜਾਏ, ਪਰ ਕੋਰਟ ਨੇ ਇਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਟਿਲ ਟੂ ਨੈਚੁਰਲ ਡੈਥ ਕੀਤੀ ਹੈ। ਕਿ ਇਸ ਕੇਸ ਦੇ ਵਿੱਚ ਭਾਈ ਜਗਤਾਰ ਸਿੰਘ ਤਾਰੇ ਦਾ ਮੈਸੇਜ ਹੈਗਾ ਕਿ ਅਸੀਂ ਕੋਈ ਅਪੀਲ ਫਾਈਲ ਨਹੀਂ ਕਰਾਂਗੇ ਸਰਕਾਰ ਕੋਲ, ਅਸੀਂ ਇਸ ਕੇਸ ਦੇ ਵਿੱਚ ਕੋਈ ਅਪੀਲ ਫਾਈਲ ਨਹੀਂ ਕਰਾਂਗੇ। ਜੀ ਇਹ ਅਸੀਂ ਕੋਈ ਗਰਾਊਂਡ ਨਹੀਂ ਲਈ, ਅਸੀਂ ਕੋਰਟ ਅੱਗੇ ਕੋਈ ਵੀ ਇਸ ਕਿਸਮ ਦੀ ਪ੍ਰੇਰ ਨਹੀਂ ਕੀਤੀ ਕਿ ਸਾਡੀ ਸਜ਼ਾ ਕੱਟ ਕਰੋ, ਵੱਧ ਕਰੋ, ਇਹ ਨਾ ਕਰੋ। ਅਸੀਂ ਕੋਰਟ